मॉर्निंग स्टूडेंट्स, अज असी करांगे सुरजीत पात्र दीआं कवितावां। सब तों फर्स्ट कविता है मैं राहां ते नहीं तुरदा। मैं राहां ते नहीं तुरदा। अज असी सुरजीत पात्र दीआं कवितावां दी प्रसंग सहित व्याख्या करांगे। सब तों पहला हैगी है फर्स्ट कविता मैं राहां ते नहीं तुरदा। इहदी प्रसंग सहित व्याख्या करांगे। ਜਿਵੇਂ ਤੁਹਾਨੂੰ ਮੈਂ ਪਹਿਲਾਂ ਹੀ ਦੱਸਿਆ ਵੀ ਪ੍ਰਸੰਗ ਲਿਖਣਾ ਬਹੁਤ ਜ਼ਰੂਰੀ ਹੈ, ਜਿਹਦੇ ਵਿੱਚ ਕਵੀ ਦਾ ਨਾਮ, ਠੀਕ ਹੈ, ਅਤੇ ਕਵਿਤਾ ਦੀ ਕਵਿਤਾ ਦੇ ਬਾਰੇ ਵੀ, ਕਵੀ ਨੇ ਕਿਹੜੇ ਵਿਸ਼ੇ 'ਤੇ ਗੱਲ ਕੀਤੀ ਹੈ ਜਾਂ ਕਵਿਤਾ ਦੇ ਵਿੱਚ ਕਿਸ ਵਿਸ਼ੇ ਨੂੰ ਮੁੱਖ ਰੂਪ ਵਿੱਚ ਲਿਆ ਗਿਆ, ਠੀਕ ਹੈ ਜੀ। ਮੈਂ ਰਾਹਾਂ 'ਤੇ ਨਹੀਂ ਤੁਰਦਾ, ਮੈਂ ਤੁਰਦਾ ਹਾਂ ਰਾਹ ਬਣ ਕੇ। ਕਵੀ ਕੀ ਕਹਿੰਦਾ, ਕਹਿੰਦੇ ਉਹ ਲਕੀਰ ਦਾ ਫਕੀਰ ਨਹੀਂ, ਉਹ ਬਣੇ ਬਣਾਏ ਰਾਹਾਂ 'ਤੇ ਨਹੀਂ ਤੁਰਦਾ, ਸਗੋਂ ਆਪਣੇ ਰਾਹ ਬਣਾ ਕੇ ਆਪ ਤੁਰਦਾ ਹੈ। ਜੁੱਗਾਂ ਤੋਂ ਕਾਫਲੇ ਆਉਂਦੇ ਨੇ ਇੱਥੇ ਸੱਚ ਦੇ ਗਵਾਹ ਬਣ ਕੇ। ਕਹਿੰਦੇ ਜੁੱਗਾਂ ਤੋਂ ਬਣੇ ਹੋਏ ਕਾਫਲੇ, ਬਹੁਤ ਕਾਫਲੇ ਦੂਰੋਂ ਦੂਰੋਂ ਚੱਲੇ ਆ ਰਹੇ ਨੇ, ਜਿਹੜੇ ਮੇਰੀ ਸੱਚ ਦਾ ਗਵਾਹ ਬਣਦੇ ਨੇ, ਮੇਰੇ ਸੱਚ ਦਾ ਪ੍ਰੂਫ ਬਣਦੇ ਨੇ। ਇਹ ਤਪਦੀ ਰੇਤ ਦੱਸਦੀ ਹੈ ਕਿ ਰਸਤਾ ਠੀਕ ਹੈ ਮੇਰਾ। ਕਹਿੰਦੇ ਇਹਦੇ ਸੱਚ ਦੀ ਗਵਾਹੀ ਭਰਦੇ ਆ ਵੀ ਜਿਹੜੇ ਰਸਤੇ ਤੇ ਮੈਂ ਜਾ ਰਿਹਾ ਉਹ ਰਸਤਾ ਬਿਲਕੁਲ ਠੀਕ ਹੈ। ਇਹ ਸੜਦੇ ਪੈਰ, ਠਰਦੇ ਦਿਲ ਮੇਰੇ ਸੱਚ ਦੇ ਗਵਾਹ ਬਣਦੇ। ਕਹਿੰਦੇ ਜਿਸ ਰਾਹ ਤੇ ਮੈਂ ਤੁਰ ਰਿਹਾ, ਮੇਰੇ ਸੜਦੇ ਪੈਰ ਤੇ ਮੇਰੇ ਜਿਹੜਾ ਦਿਲ ਮੇਰੇ ਨੂੰ ਠਾਰ ਰਿਹਾ, ਕਹਿੰਦੇ ਇਹ ਸਾਰਾ ਕੁਛ ਦੱਸ ਰਹੇ ਨੇ ਵੀ ਮੈਂ ਸਹੀ ਰਸਤੇ ਤੇ ਤੁਰ ਰਿਹਾ, ਠੀਕ ਹੈ ਜੀ। ਜੋ ਮੱਥੇ ਚੋਂ ਫੁੱਟਦੀ ਹੈ ਲੋ, ਉਹ ਅਸਲੀ ਤਾਜ ਹੁੰਦੀ ਹੈ। ਕਹਿੰਦਾ ਜਿਹੜੀ ਵੀ ਲੋ ਮੇਰੇ ਮੱਥੇ ਦੇ ਵਿੱਚੋਂ ਫੁੱਟਦੀ ਆ, ਉਹ ਅਸਲੀ ਤਾਜ ਆ ਮੇਰਿਆ। ਤਵੀ ਤੇ ਤਖਤ ਤੇ ਬਹਿ ਕੇ ਹੀ ਸੱਚੇ ਪਾਤਸ਼ਾਹ ਬਣਦੇ। ਕਹਿੰਦੇ ਉਹੀ ਵਿਦਵਾਨ ਉੱਚਾ ਬਣਦਾ, ਉਹੀ ਮਨੁੱਖ ਉੱਚੀ ਹਸਤੀ ਵਾਲਾ ਹੁੰਦਾ ਜਿਹੜਾ ਤੁੱਤੀ ਤਵੀ ਤੇ ਬੈਠਦਾ, ਜਿਹਦੇ ਵਿੱਚ ਆਪਣੇ ਗੁਰੂ ਸਾਹਿਬਾਨਾਂ ਦੀ ਗੱਲ ਕੀਤੀ ਗਈ। ਇਹ ਪੰਡਿਤ ਰਾਗ ਦੇ ਤਾਂ ਪਿੱਛੋਂ ਸਦੀਆਂ ਬਾਅਦ ਆਉਂਦੇ ਨੇ। ਕਹਿੰਦੇ ਪੰਡਿਤਾਂ ਦੇ ਰਾਗ ਤਾਂ ਬਹੁਤ ਸਦੀਆਂ ਬਾਅਦ ਆਉਂਦੇ ਨੇ, ਮੇਰੇ ਹੌਂਕੇ ਹੀ ਪਹਿਲਾਂ ਤਾਂ ਮੇਰੀ ਬੰਜਰੀ ਦੇ ਸਾਹ ਬਣਦੇ ਨੇ। ਕਹਿੰਦੇ ਇਸ ਤੋਂ ਪਹਿਲਾਂ ਤਾਂ ਜਿਹੜੇ ਮੇਰੇ ਹੌਂਕੇ ਨੇ ਉਹੀ ਮੇਰਾ ਸਹਾਰਾ ਬਣਦੇ ਨੇ। ਸਾਨੂੰ ਰੀਤ ਤੋਂ ਵੱਧ ਕੇ ਕਿਸੇ ਦੀ ਪ੍ਰੀਤ ਪਿਆਰੀ ਹੈ। ਕਹਿੰਦੇ ਸਾਨੂੰ ਤਾਂ ਕਿਸੇ ਦੀ ਰੀਤ ਦੇ ਚੱਲਦੇ ਰਹਿਣ ਨਾਲੋਂ ਸਾਨੂੰ ਜਿਹੜੀ ਆਪਣੀ ਆਦਰਸ਼ ਪ੍ਰੀਤ ਆ ਉਹ ਬਹੁਤ ਪਿਆਰੀ ਹੈ। ਤੂੰ ਲਿਖ ਲੇਖਾਂ ਤੇ ਲਿਖ ਜਿੰਨੇ ਵੀ ਨੇ ਸਾਡੇ ਗੁਨਾਹ ਬਣਦੇ। ਕਹਿੰਦੇ ਇਹਨਾਂ ਸਾਰੇ ਲੇਖਾਂ ਦਾ ਹਿਸਾਬ ਕਿਤਾਬ ਸਾਡੇ ਨਾਲ ਹੀ ਚੱਲਦਾ, ਇਹੀ ਸਾਡੇ ਗੁਨਾਹ ਬਣਦੇ ਨੇ। ਜੇ ਰਾਂਝਾ ਵੀ ਨਾ ਹੁੰਦੇ ਤੇ ਨਾ ਹੀ ਬਣਦੇ ਅਸੀਂ ਕਦੋਂ। ਕਹਿੰਦੇ ਜੇ ਹੀਰ ਰਾਂਝੇ ਦੇ ਕਿੱਸੇ ਦੇ ਵਿੱਚ ਜੇ ਰਾਂਝਾ ਹੀ ਨਾ ਹੁੰਦਾ ਤਾਂ ਕਹਿੰਦੇ ਫਿਰ ਕੈਦੋਂ ਦਾ ਜ਼ਿਕਰ ਕਿਵੇਂ ਹੋਣਾ ਸੀ, ਨਾ ਹੀ ਕੈਦੋਂ ਹੋਣਾ ਸੀ ਨਾ ਹੀ ਰਾਂਝਾ ਹੋਣਾ ਸੀ। ਅਸੀਂ ਜਾਂ ਨਾਥ ਹੁੰਦੇ ਜਾਂ ਅਸੀਂ ਲੁੱਡਣ ਮਲਾਹ ਬਣਦੇ। ਕਹਿੰਦੇ ਜਾਂ ਤਾਂ ਅਸੀਂ ਨਾਥ ਬਣਦੇ ਤੇ ਨਾ ਜਾਂ ਹੀ ਅਸੀਂ ਲੁੱਡਣ ਮਲਾਹ ਬਣਦੇ। ਲੁੱਡਣ ਕੌਣ ਸੀ? ਜਿਹੜੀ ਹੀਰ ਦੀ ਬੇੜੀ ਦਾ ਮਲਾਹ ਕੌਣ ਸੀ? ਹੀਰ ਦੀ ਬੇੜੀ ਦਾ ਮਲਾਹ। ਕਵੀ ਕਹਿੰਦਾ ਜਿੰਨਾ ਟਾਈਮ ਤੂੰ ਸਾਡੀ ਹਿੱਕ ਦੇ ਵਿੱਚ ਆ ਉਦੋਂ ਤੱਕ ਤੂੰ ਸੁਰੱਖਿਅਤ ਹੈ, ਜਦੋਂ ਤੱਕ ਜਿਸਮ ਸਾਡੇ ਹੀ ਨਹੀਂ ਸੜ ਕੇ ਸਵਾਹ ਬਣਦੇ। ਜਿਸਮ ਮਤਲਬ ਸਰੀਰ। ਕਹਿੰਦੇ ਉਦੋਂ ਤੱਕ ਤੂੰ ਸੁਰੱਖਿਅਤ ਆ ਜਿੰਨਾ ਟਾਈਮ ਤੱਕ ਸਾਡਾ ਜਿਹੜਾ ਸਰੀਰ ਆ ਉਹ ਸੜ ਕੇ ਸਵਾਹ ਨਹੀਂ ਹੋ ਜਾਂਦਾ, ਅਸੀਂ ਮਰ ਨਹੀਂ ਜਾਂਦੇ। ਫਕੀਰਾਂ ਦੇ ਸੁੱਖ ਹਨ ਕੁਛ ਯਾਰ ਕੁਛ ਤਾਰੀਖ ਦੇ ਮੰਜ਼ਰ। ਮੰਜ਼ਰ ਹੁੰਦਾ ਨਜ਼ਾਰਾ। ਕਹਿੰਦੇ ਫਕੀਰਾਂ ਦੇ ਬੋਲ ਤੇ ਮੇਰੇ ਕੁਛ ਯਾਰ ਨੇ, ਕਹਿੰਦੇ ਕੁਛ ਦੋਸਤ ਨੇ, ਉਹੀ ਸਾਡੇ ਇਤਿਹਾਸਿਕ ਘਟਨਾਵਾਂ ਨੂੰ ਸਹਾਰਾ ਦਿੰਦੇ ਨੇ। ਜਦੋਂ ਮੈਂ ਜ਼ਖਮ ਖਾ ਲੈਣਾ, ਕਹਿੰਦੇ ਜਦੋਂ ਮੈਂ ਕੋਈ ਵੀ ਜ਼ਖਮ ਖਾ ਲੈਣਾ ਜਾਂ ਮੇਰੇ ਨਾਲ ਕੋਈ ਵੀ ਨੁਕਸਾਨ ਹੁੰਦਾ, ਮੇਰੀ ਖਾਤਰ ਪਨਾਹ ਬਣਦੇ। ਪਨਾਹ ਮਤਲਬ ਸਹਾਰਾ, ਉਹ ਮੈਨੂੰ ਹੌਸਲਾ ਦਿੰਦੇ ਨੇ, ਮੇਰਾ ਸਹਾਰਾ ਬਣਦੇ। ਮੈਂ ਇੱਕ ਗੱਲ ਜਾਣਦਾ ਕਿ ਕੋਈ ਸ਼ੈ ਇਸ ਵਜੂਦ ਅੰਦਰ। ਵਜੂਦ ਕੀ ਹੈ? ਸਰੀਰ। ਕਹਿੰਦਾ ਮੈਂ ਇਹ ਇੱਕ ਗੱਲ ਜ਼ਰੂਰ ਜਾਣਦਾ ਵੀ ਮੇਰੇ ਸਰੀਰ ਦੇ ਅੰਦਰ ਕੋਈ ਨਾ ਕੋਈ ਤਾਂ ਸ਼ੈ ਹੈ, ਉਹ ਜਿਹੜੀ ਲਿਸ਼ਕ ਉੱਠਦੀ ਹੈ ਸਭ ਰੁੱਖ ਸਿਆਹ ਬਣਦੇ। ਕਹਿੰਦੇ ਉਹ ਇਸ ਤਰ੍ਹਾਂ ਲਿਸ਼ਕ ਉੱਠਦੀ ਹੈ ਜਿਸ ਤਰ੍ਹਾਂ ਚਾਰੇ ਪਾਸੇ ਹਨੇਰਾ ਪਸਰਿਆ ਦਿਖਾਈ ਦਿੰਦਾ ਹੈ, ਕਦੀ ਦਰਿਆ ਇਕੱਲਾ ਤੇ ਨਹੀਂ ਕਰਦਾ ਦਿਸ਼ਾ ਆਪਣੀ। ਕਹਿੰਦੇ ਜੇ ਅਸੀਂ ਦਰਿਆ ਦੀ ਗੱਲ ਕਰੀਏ ਤਾਂ ਦਰਿਆ ਇਕੱਲਾ ਵੀ ਪਾਣੀ ਲੈ ਕੇ ਨਹੀਂ ਚੱਲ ਸਕਦਾ। ਜਿਮੀ ਦੀ ਢਾਲ, ਢਾਲ ਮਤਲਬ ਢਲਵਾਨ,
ਜਲਦਾ ਵੇਗ, ਵੇਗ ਮਤਲਬ ਚਾਲ, ਹੀ ਰਲ ਮਿਲ ਕੇ ਰਾਹ ਬਣਦੇ। ਕਹਿੰਦੇ ਜਿਹੜਾ ਦਰਿਆ ਉਹ ਇਕੱਲਾ ਪਾਣੀ ਲੈ ਕੇ ਨਹੀਂ ਚੱਲ ਸਕਦਾ, ਜਿੰਨਾ ਟਾਈਮ ਤੱਕ ਜ਼ਮੀਨ ਨਹੀਂ ਹੋਊਗੀ, ਜਿੰਨਾ ਟਾਈਮ ਤੱਕ ਪਾਣੀ ਦੀ ਢਾਲ ਨਹੀਂ ਹੋਊਗੀ, ਉਹਨਾਂ ਟਾਈਮ ਤੱਕ ਅੱਗੇ ਨਹੀਂ ਵੱਧਦਾ। ਠੀਕ ਹੈ ਜੀ। ਨੈਕਸਟ ਹੈ, ਚੇਤੇ ਕਿਸੇ ਬਿੰਦੂ ਚੋਂ ਚਸ਼ਮਾ ਫੁੱਟ ਪੈਂਦਾ ਹੈ, ਇਹ ਦਾਅਵੇਦਾਰ ਐਵੇਂ ਖਮ ਖਾ ਬਣਦੇ। ਕਹਿੰਦਾ ਮੈਂ ਅਚਨਚੇਤ ਗੱਲ ਕਰਾਂ ਤਾਂ ਇਸ ਬਿੰਦੂ ਦੇ ਵਿੱਚ ਇੱਕ ਚਸ਼ਮਾ ਫੁੱਟ ਜਾਂਦਾ, ਜਿਹੜਾ ਮੇਰਾ ਦਾਅਵੇਦਾਰ ਬਣਦਾ, ਜਿਹੜਾ ਮੈਨੂੰ ਹੌਸਲਾ ਦਿੰਦਾ। ਮੈਂ ਕੁਝ ਨਾਦਾਂ ਤੇ ਬਿੰਦਾਂ ਦਾ ਮਿਲਣ ਬਿੰਦੂ ਹਾਂ। ਕਹਿੰਦਾ ਮੈਂ ਤਾਂ ਨਾਦਾਂ ਤੇ ਬਿੰਦਾਂ ਦੇ ਨਾਲ ਮਿਲ ਕੇ ਬਣਿਆ ਹਾਂ। ਜੇ ਮੈਂ ਆਖਾਂ ਮੈਂ ਕੁਝ ਹਾਂ, ਕਥਨ ਮੇਰੇ ਗੁਨਾਹ ਬਣਦੇ। ਇਹ ਤੁਰਦਾ ਕੌਣ ਹੈ, ਮੈਂ ਕੌਣ ਹਾਂ, ਤੇ ਕੌਣ ਪੁੱਛਦਾ ਹੈ। ਇਹ ਸੋਚਾਂ ਦਾ ਸਫ਼ਰ ਹੈ ਜਿਸ ਲਈ ਸੀਨੇ ਦੇ ਰਾਹ ਬਣਦੇ। ਕਹਿੰਦਾ ਜਦੋਂ ਵੀ ਮੈਂ ਤੁਰਦਾ ਤਾਂ ਮੇਰੇ ਨਾਲ ਨਾਲ ਮੇਰੇ ਜਿਹੜੇ ਸੀਨਾ ਵਾ, ਮੇਰਾ ਜਿਹੜਾ ਹਿਰਦਾ ਵਾ, ਉਹ ਰਾਹ ਬਣਾ ਦਿੰਦਾ, ਮੈਨੂੰ ਤੁਰਨ ਦਾ ਹੌਸਲਾ ਦੇ ਦਿੰਦਾ। ਠੀਕ ਹੈ ਜੀ। ਨੈਕਸਟ ਹੈ ਲਫ਼ਜ਼ ਕੀ ਆ, ਅੱਖਰ। ਜਦੋਂ ਤੱਕ ਲਫ਼ਜ਼ ਜਿਉਂਦੇ ਨੇ ਸੁਖਨਵਾਰ ਜਿਉਣ ਮਰ ਕੇ ਵੀ। ਕਹਿੰਦੇ ਜਦੋਂ ਤੱਕ ਮੇਰੇ ਸ਼ਬਦ ਜਿਉਂਦੇ ਨੇ ਉਦੋਂ ਤੱਕ ਕਹਿੰਦੇ ਕਵੀ ਮਰ ਨਹੀਂ ਸਕਦਾ, ਉਹ ਵੀ ਜਿਉਂਦਾ ਹੀ ਰਹੂਗਾ। ਉਹ ਕੇਵਲ ਜਿਸਮ ਹੁੰਦੇ ਨੇ ਜੋ ਸਿਵਿਆਂ ਵਿੱਚ ਸਵਾ ਬਣਦੇ। ਕਹਿੰਦੇ ਉਹ ਸਿਰਫ ਸਰੀਰ ਹੁੰਦੇ ਨੇ ਜਿਹੜੇ ਜਿਸਮਾਂ ਜਿਹੜੇ ਸਿਵਿਆਂ ਦੇ ਵਿੱਚ ਜਾ ਕੇ ਪੈ ਜਾਂਦੇ ਨੇ, ਕਬਰਾਂ ਬਣ ਕੇ ਪੈ ਜਾਂਦੇ ਨੇ। ਹਮੇਸ਼ਾ ਲੋਚਿਆ ਬਣਨਾ ਤੁਹਾਡੇ ਪਿਆਰ ਦੇ ਪਾਤਰ। ਸੁਰਜੀਤ ਪਾਤਰ ਕੀ ਕਹਿੰਦਾ, ਕਹਿੰਦਾ ਮੈਂ ਤਾਂ ਆਪਣੀਆਂ ਕਵਿਤਾਵਾਂ ਦੇ ਨਾਲ ਸਿਰਫ ਇਹੀ ਸੋਚਿਆ ਵੀ ਮੈਂ ਇੱਕ ਚੰਗਾ ਕਵੀ ਬਣਾ, ਕਦੇ ਨਾ ਸੋਚਿਆ ਆਪਾਂ ਕਿ ਉਹ ਬਣਦੇ ਜਾਂ ਆ ਬਣਦੇ। ਕਹਿੰਦਾ ਮੈਂ ਆਪਣੇ ਮਨ ਦੇ ਵਿੱਚ ਕਦੇ ਵੀ ਇਹ ਨਹੀਂ ਸੋਚਿਆ ਵੀ ਮੈਨੂੰ ਆਹ ਬਣਨਾ ਚਾਹੀਦਾ ਸੀ, ਆਹ ਬਣਨਾ ਚਾਹੀਦਾ ਸੀ। ਠੀਕ ਹੈ ਜੀ। ਸੈਕਿੰਡ ਕਵਿਤਾ ਹੈ ਜੇ ਪਤਝੜ ਆਈ। ਜੇ ਪਤਝੜ ਆਈ, ਜੇ ਪਤਝੜ ਆਈ ਤਾਂ ਫੇਰ ਕੀ ਹੈ, ਤੂੰ ਅਗਲੀ ਰੁੱਤ 'ਚ ਯਕੀਨ ਰੱਖੀ। ਹੁਣ ਇਹਦੇ ਵਿੱਚ ਇੱਕ ਗਜ਼ਲ ਆ ਜਿਹਦੇ ਵਿੱਚ ਕਵੀ ਨੇ ਇੱਕ ਇਨਸਾਨ ਦੇ ਆਤਮ ਵਿਸ਼ਵਾਸ ਅਤੇ ਸ਼ਿੱਦਤ ਭਰੇ ਜੀਵਨ ਨੂੰ ਪੇਸ਼ ਕੀਤਾ। ਕੀ ਕਹਿੰਦਾ ਵੀ ਦੁੱਖਾਂ ਤੋਂ ਬਾਅਦ ਜਿਹੜਾ ਸੁੱਖ ਦਾ ਜੀਵਨ ਜ਼ਰੂਰ ਆਉਂਦਾ, ਜੇ ਆਈ ਪਤਝੜ ਤਾਂ ਫਿਰ ਕੀ ਹੈ। ਕਵੀ ਕਹਿੰਦਾ, ਕਹਿੰਦਾ ਜੇ ਤੇਰੇ ਲਈ ਬੁਰਾ ਸਮਾਂ ਆ ਗਿਆ ਤਾਂ ਫਿਰ ਕੀ ਹੋਇਆ, ਤੂੰ ਅਗਲੀ ਰੁੱਤ 'ਚ ਯਕੀਨ ਰੱਖੀ, ਤੂੰ ਅਗਲੀ ਰੁੱਤ ਸੁੱਖਾਂ ਦੀ ਰੁੱਤ 'ਚ ਯਕੀਨ ਰੱਖੀ। ਮੈਂ ਲੱਭ ਕੇ ਕਿਤੋਂ ਲਿਆਉਣਾ ਕਲਮਾਂ, ਤੂੰ ਫੁੱਲਾਂ ਜੋਗੀ ਜ਼ਮੀਨ ਰੱਖੀ। ਕਹਿੰਦਾ ਮੈਂ ਕਿਤੋਂ ਸੋਹਣੇ ਫੁੱਲ ਖੜਾਉਣ ਦੇ ਲਈ ਕਲਮਾਂ ਲੱਭ ਕੇ ਲਿਆਉਣਾ, ਤੂੰ ਇਹਨਾਂ ਫੁੱਲਾਂ ਜੋਗੀ ਜ਼ਮੀਨ ਤਿਆਰ ਕਰਕੇ ਰੱਖੀ। ਕਿਸੇ ਵੀ ਸ਼ੀਸ਼ੇ 'ਚ ਅਕਸ਼ ਆਪਣਾ, ਅਕਸ਼ ਮਤਲਬ ਪ੍ਰਤੀਬਿੰਬ। ਕਹਿੰਦੇ ਤੂੰ ਸ਼ੀਸ਼ੇ ਦੇ ਵਿੱਚ ਆਪਣਾ ਪ੍ਰਤੀਬਿੰਬ ਦੇਖ ਕੇ ਰੱਖੀ। ਗੰਧਲ ਦਾ ਤੱਕਣਾ ਉਦਾਸ ਹੋਵੇ, ਕਹਿੰਦੇ ਤੂੰ ਆਪਣਾ ਜਿਹੜਾ ਸ਼ੀਸ਼ੇ ਦੇ ਵਿੱਚ ਸ਼ਕਲ ਦੇਖ ਕੇ ਉਦਾਸ ਨਾ ਹੋਵੇ। ਸੱਜਾਂ ਦੀ ਨਿਰਮਲ ਨਜ਼ਰ 'ਚ ਹਰਦਮ, ਕਹਿੰਦੇ ਤੂੰ ਉਸ ਪਰਮਾਤਮਾ ਦੀ ਨਜ਼ਰ ਦੇ ਵਿੱਚ ਹਰਦਮ ਆਪਣੇ ਧਿਆਨ ਨੂੰ ਲੀਨ ਰੱਖੀ, ਆਪਣੇ ਧਿਆਨ ਨੂੰ ਉਸ ਵਿੱਚ ਮਸਤ ਰੱਖੀ। ਤੇ ਸ਼ਖਸੋਂ ਪਹਿਲਾਂ ਹੀ ਅਕਸ ਮਾਰੋ, ਕਹਿੰਦੇ ਸ਼ਖਸੋਂ ਪਹਿਲਾਂ ਤੁਸੀਂ ਆਪਣੇ ਪ੍ਰਤੀਬਿੰਬ ਨੂੰ ਮਾਰ ਦਿਓ। ਸੋ ਖੁਦਾ 'ਚ ਪੂਰਾ ਯਕੀਨ ਰੱਖੀ, ਤੂੰ ਉਸ ਪਰਮਾਤਮਾ ਦੇ ਵਿੱਚ ਆਪਣਾ ਪੂਰਾ ਯਕੀਨ ਬਣਾ ਕੇ ਰੱਖੀ। ਲਿਬਾਸ ਮੰਗਾਂ ਨਾ ਓਟ ਮੰਗਾਂ, ਨਾ ਪਰਦਾਦਾਰੀ ਨਾ ਖੋਟ ਮੰਗਾਂ। ਨਾ ਮੈਂ ਲਿਬਾਸ ਮੰਗਦਾ, ਨਾ ਮੈਂ ਪਰਦਾਦਾਰੀ ਮੰਗਦਾ, ਅਤੇ ਨਾ ਹੀ ਮੈਂ ਕੋਈ ਠੱਗੇ ਠੋਰੀ ਦੀ ਖੋਟ ਮੰਗਦਾ। ਬਸ ਆਪਣੀ ਉਲਫਤ ਦੇ ਓਲਿਆਂ ਵਿੱਚ ਤੂੰ ਮੈਨੂੰ ਪ੍ਰਦਾਨਸ਼ੀਲ ਰੱਖੀ। ਕਹਿੰਦਾ ਬਸ ਤੂੰ ਆਪਣੇ ਪਿਆਰ ਦੇ ਓਲਿਆਂ ਦੇ ਵਿੱਚ ਮੈਨੂੰ ਲੁਕਾ ਕੇ ਰੱਖੀ। ਪਤਾ ਨਾ ਲੱਗੇ ਇਹ ਚੰਨ ਤਾਰੇ ਬਦਨ ਹੈ ਜਾਂ ਲਿਬਾਸ ਤੇਰਾ। ਕਹਿੰਦਾ ਮੈਨੂੰ ਇਹ ਨਹੀਂ ਪਤਾ ਲੱਗਦਾ ਵੀ ਇਹ ਜਿਹੜੇ ਚੰਨ ਤਾਰੇ ਨੇ ਇਹ ਮੇਰਾ ਬਦਨ ਆ ਜਾਂ ਕੁਦਰਤ ਦੀ ਇੱਕ ਪਰਤਾ। ਤੂੰ ਆਪਣੀ ਕੁਦਰਤ ਤੇ ਆਪਣੇ ਵਿਚਲਾ ਪਰਦਾ ਇਉਂ ਹੀ ਮਹੀਨ ਰੱਖੀ। ਕਹਿੰਦੇ ਤੂੰ ਬਸ ਆਪਣਾ ਤੇ ਆਪਣੀ ਕੁਦਰਤ ਦੇ ਵਿਚਲਾ ਜਿਹੜਾ ਪਰਦਾ ਇਹਨੂੰ ਇਸੇ ਤਰ੍ਹਾਂ ਬਣਾਈ ਰੱਖੀ। ਮਿਲਾਪ ਵਿੱਚ ਵੀ ਕੋਈ ਵਿਛੋੜਾ ਹਮੇਸ਼ਾ ਰਹਿੰਦਾ ਹੈ ਥੋੜਾ ਥੋੜਾ। ਕਹਿੰਦਾ ਜਿੰਨਾ ਅਸੀਂ ਮਰਜ਼ੀ ਪਰਮਾਤਮਾ ਦੇ ਨਾਲ ਮਿਲਾਪ ਕਰ ਦਈਏ ਪਰ ਉਹਦੇ ਵਿੱਚ ਕੋਈ ਨਾ ਕੋਈ ਥੋੜਾ ਬਹੁਤਾ ਵਿਛੋੜਾ ਰਹਿੰਦਾ ਹੀ ਆ। ਭੁਲੇ ਪਲਾਂ 'ਚ ਕਹੇ ਕੋਈ ਨਾ ਭੁਲੇ ਰਹਿਣ ਦਾ ਯਕੀਨ ਰੱਖੀ। ਕਹਿੰਦਾ ਤੂੰ ਨਾ ਭੁਲੇ ਰਹਿਣ ਦੇ ਵਿੱਚ ਵਿਸ਼ਵਾਸ ਰੱਖੀ। ਨਹੀਂ ਮੁਹੱਬਤ ਕੋਈ ਮਸੀਹਾ, ਹੈ ਕਿਸਮ ਆਪਣੀ ਦਾ ਇਹ ਤਸੀਹਾ। ਕਹਿੰਦਾ ਮੁਹੱਬਤ ਆ ਕਈ ਰੋਗਾਂ ਨੂੰ ਦੂਰ ਕਰਨ ਵਾਲਾ ਮਸੀਹਾ ਨਹੀਂ, ਅਸਲ ਵਿੱਚ ਇਹ ਆਪਣੀ ਕਿਸਮ ਦਾ ਇੱਕ ਤਸੀਹਾ ਹੈ। ਇਹ ਤਪਦੇ ਸਹਿਰਾਂ 'ਚ ਮਿਰਗ ਗਜ਼ਲ ਹੈ, ਕਹਿੰਦੇ ਇਹ ਤਾਂ ਤਪਦੇ ਮਾਰੂਥਲਾਂ ਦੇ ਵਿੱਚ ਮਿਰਗ ਤ੍ਰਿਸ਼ਨਾ ਦਾ ਇੱਕ ਭਰਮ ਆ। ਨਾ ਇਸ 'ਚ ਦਿਲ ਦੀ ਤੂੰ ਮੀਨ ਰੱਖੀ, ਨਾ ਹੀ ਤੂੰ ਇਸ ਵਿੱਚ ਆਪਣੀ ਮੀਨ ਰੱਖੀ ਮਤਲਬ ਮੱਛੀ ਰੱਖੀ। ਅਗਨ 'ਚ ਬਲ ਕੇ ਹਵਾ 'ਚ ਰਲ ਕੇ, ਅਗਨ 'ਚ ਅੱਗ 'ਚ ਬਲ ਕੇ ਹਵਾ ਦੇ ਵਿੱਚ ਰਲ ਕੇ, ਨਾ ਆਉਣ ਦੇਖਣਾ ਆਸਾਨ ਹੈ ਭਲ ਕੇ। ਕਹਿੰਦੇ ਅਸੀਂ ਇਸ ਸੰਸਾਰ ਦੇ ਵਿੱਚ ਹਵਾ ਦੇ ਵਿੱਚ ਰਲਣ ਮਗਰੋਂ, ਸੜ ਕੇ ਹਵਾ ਦੇ ਵਿੱਚ ਰਲਣ ਮਗਰੋਂ ਇਸ ਸੰਸਾਰ ਦੇ ਵਿੱਚ ਦੇਖਣਾ ਨਹੀਂ ਵੀ ਕੀ ਹੋ ਰਿਹਾ। ਸਾਡੇ ਮਗਰੋਂ ਤੂੰ ਨਾਮ ਸਾਡੇ ਨੂੰ ਪਾਕ ਰੱਖੀ, ਮਲੀਨ ਰੱਖੀ। ਪਾਕ ਮਤਲਬ ਪਵਿੱਤਰ ਰੱਖੀ, ਮਲੀਨ ਮਤਲਬ ਆਪਵਿੱਤਰ ਰੱਖੀ। ਹਨੇਰਿਆਂ ਦਾ ਇਲਾਜ ਕੀ ਹੈ, ਇਹ ਬੁਝ ਕੇ ਜੀਣਾ ਰਿਵਾਜ ਕੀ ਹੈ।
ਬਲਣ ਇਨਾ ਹੀ ਮਿਲਣਾ ਚਾਨਣ ਇਹ ਆਸ ਦਿਲ ਵਿੱਚ ਰੱਖੀ। ਕਹਿੰਦੇ ਇਸ ਇਨਾ ਹਨੇਰਿਆਂ ਦਾ ਪੁੱਛ ਕੇ ਵੇਖ, ਬੁੱਝ ਕੇ ਵੇਖ ਵੀ ਇਹਨਾਂ ਬਿਨਾਂ ਜੀਵਨ ਜਿਉਣਾ ਕਿੰਨਾ ਨਿਰਾਰਥਿਕ ਆ। ਕਹਿੰਦੇ ਤੂੰ ਆਪਣੇ ਦਿਲ ਦੇ ਵਿੱਚ ਇਹ ਆਸ ਨਾ ਰੱਖੀ ਵੀ ਤੈਨੂੰ ਬਲਣ ਤੋਂ ਬਾਅਦ ਇੱਕ ਚਾਨਣ ਮਿਲ ਜੂਗਾ। ਵਫਾ ਦੇ ਵਾਅਦੇ ਤੇ ਅਹਿਦ ਅਰਾਦੇ, ਵਫਾ ਕੀ ਆ? ਵਫਾਦਾਰੀ। ਵਫਾ ਦੇ ਵਾਅਦੇ ਇਹ ਅਹਿਦ ਇਰਾਦੇ, ਰਹੀ ਨਾ ਸ਼ਿੱਦਤ ਤਾਂ ਫੇਰ ਕਾਹਦੇ। ਕਹਿੰਦੇ ਜੇ ਇਹ ਸ਼ਿੱਦਤ ਨਹੀਂ ਨਾ ਰਹੀ, ਕੌਲ ਕਸਮਾਂ ਹੀ ਨਾ ਰਹੀਆਂ, ਕਹਿੰਦੇ ਤੂੰ ਫੇਰ ਕੀ ਕਰੇਗਾ? ਤੂੰ ਸ਼ਿੱਦਤਾਂ ਦੇ ਅਧੀਨ ਰੱਖੀ, ਪਰ ਤੂੰ ਇਹਨਾਂ ਕੌਲ ਰਸਮਾਂ ਦੇ ਵਿੱਚ ਆਪਣਾ ਯਕੀਨ ਰੱਖੀ। ਮੈਂ ਤੈਨੂੰ ਬਾਜੋਂ ਕੀ ਪੁੱਗਣਾ ਹੈ, ਖਿਲਾਫਾ ਅੰਦਰ ਕੀ ਉੱਗਣਾ ਹੈ, ਮੈਂ ਅੰਤ ਕਿਰਨਾ ਹੈ ਬੀਜ ਬਣ ਕੇ, ਜਰਾ ਕੋ ਸਿੱਲੇ ਸਮੇਂ ਰੱਖੀ। ਕਵੀ ਕਹਿੰਦਾ ਮੈਂ ਤੇਰੇ ਬਿਨਾਂ ਨਾ ਪੁੱਗ ਸਕਦਾ ਨਾ ਖਿਲ ਸਕਦਾ, ਬਸ ਤੂੰ ਮੈਨੂੰ ਜ਼ਮੀਨ ਦੇ ਵਿੱਚ ਬੀਜਣ ਦੇ ਲਈ ਇੱਕ ਕਿਰਨਾ ਹੈ, ਤੂੰ ਮੈਨੂੰ ਉੱਗਣ ਦੇ ਲਈ ਜ਼ਮੀਨ ਨੂੰ ਸਿੱਲੀ ਕਰਕੇ ਰੱਖੀ। ਬੁਰੇ ਦਿਨਾਂ ਤੋਂ ਡਰੀ ਨਾ ਪਾਤਰ, ਭਲੇ ਦਿਨਾਂ ਨੂੰ ਲਿਆਉਣ ਖਾਤਰ, ਤੂੰ ਸਿਦਕ ਦਿਲ ਚ ਤੇ ਆਸ ਰੂਹ ਚ ਨਜ਼ਰੇ ਚ ਸੁਪਨੇ ਹਸੀ ਰੱਖੀ। ਸੁਰਜੀਤ ਪਾਤਰ ਕੀ ਕਹਿੰਦਾ? ਕਹਿੰਦਾ ਤੂੰ ਬਸ ਦਿਨਾਂ ਤੋਂ ਬਿਲਕੁਲ ਨਾ ਡਰ, ਜੇ ਤੇਰੇ ਤੇ ਮਾੜੇ ਦਿਨ ਆਏ ਤਾਂ ਚੰਗੇ ਵੀ ਆਉਣਗੇ, ਬਸ ਤੂੰ ਆਪਣੇ ਦਿਲ ਦੇ ਵਿੱਚ ਉਸ ਪਰਮਾਤਮਾ ਦੇ ਲਈ ਇੱਕ ਆਸ ਬਣਾ ਕੇ ਰੱਖੀ। ਠੀਕ ਹੈ ਜੀ, ਥੈਂਕ ਯੂ।